अबे का प्यो हों दादा ते दादे का प्यो हों परदादा परदादे दे प्यो नू की कह के बुलावांगे परदादे दे प्यो नू पड़ परदादा कह दे पंजाबी दे विच खामद नू की कहंदे कसम कहती है शायद अच्छा ए तुहाडे खसम ने खसम दा मतलब की हुंदा खा कसम असू कत्ते पो मांग जेठ हाड़ हो गया छे ਕਬੱਡੀ ਗੁੱਲੀ ਡੰਡਾ ਕੈਂਚੇ ਜੱਸੂ ਪੰਜੂਹਾਰ ਕਬੂਤਰ ਡੋਲੀ ਪਰਦਾਦੇ ਦੇ ਪਿਓ ਨੂੰ ਕੀ ਕਹਿ ਕੇ ਬੁਲਾਉਣਾ ਚਾਹੀਦਾ ਉਹਦਾ ਰਿਸ਼ਤਾ ਇੱਕ ਕਿਸ ਰਿਸ਼ਤੇ ਤੋਂ ਅਸੀਂ ਉਹਨੂੰ ਬੁਲਾਉਣਾ ਚਾਹੀਦਾ ਪਰ ਮੈਂ ਹੀ ਆਏਗਾ ਅਸਲਾਮ ਅਲੈਕੁਮ ਨਾਜ਼ਰੀਨ ਅਸੀਂ ਤੁਹਾਡੇ ਆਪਣੇ ਮੇਜ਼ਬਾਨ ਆਰ ਕੇ ਰਜ਼ਾਕ ਅਤੇ ਮਹਿਕ ਪੰਜਾਬਣ ਇਸ ਟਾਈਮ ਮੌਜੂਦ ਹੈਗੇ ਹਾਂ ਜੱਲੋ ਪਾਰਕ ਵਿੱਚ ਤੁਹਾਨੂੰ ਅੱਠਾਂ ਦਿਲਾਂ ਦੀਆਂ ਗਹਿਰਾਈਆਂ ਤੂੰ ਜਹਾਜ਼ ਦੀਆਂ ਉਡਾਈਆਂ ਤੂੰ ਅਤੇ ਮੋਟਰਵੇ ਦੀਆਂ ਉੱਚਾਈਆਂ ਤੂੰ ਅਤੇ ਸਮੁੰਦਰ ਦੀਆਂ ਗਹਿਰਾਈਆਂ ਤੂੰ ਜੀ ਆਇਆਂ ਨੂੰ ਕਹਿੰਦੇ ਹਾਂ ਮੌਜੂਦ ਨੇ ਆਰ ਕੇ ਰਜ਼ਾਕ ਸਾਹਿਬ ਜੋ ਮੇਰੇ ਸੀਨੀਅਰ ਹੋਸਟ ਹੈਗੇ ਨੇ ਉਹ ਇਹਨਾਂ ਨਾਲ ਥੋੜ੍ਹੀ ਗੱਲਬਾਤ ਕਰਨੀ ਥੈਂਕ ਯੂ ਜੀ ਮੈਂ ਤੁਹਾਨੂੰ ਆਪਣਾ ਰੰਗ ਟੀ ਵੀ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਗੱਲ ਉਹਦੇ ਵਿੱਚ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਰਨ ਕਹਿੰਦੇ ਹਾਂ ਔਰ ਅੱਜ ਇੱਥੇ ਆਉਣ ਦਾ ਜਿਹੜਾ ਸਾਡਾ ਮਕਸਦ ਹੈ ਅਸੀਂ ਲੋਕਾਂ ਦੀ ਪੰਜਾਬੀ ਚੈੱਕ ਕਰਨੀ ਹੈ ਔਰ ਅਸੀਂ ਲੋਕਾਂ ਨਾਲ ਕਰਾਂਗੇ ਕੁਛ ਖੱਟੀਆਂ ਮਿੱਠੀਆਂ ਗੱਲਾਂ ਔਰ ਕੁਛ ਮਜ਼ੇਦਾਰ ਗੁਫ਼ਤਗੂ ਅੱਛਾ ਤੇ ਹੁਣ ਇਹ ਦੱਸੋ ਕਿ ਅੱਜ ਦਾ ਸਾਡਾ ਜਿਹੜਾ ਫੈਮਲੀਆਂ ਨਾਲ ਸਵਾਲ ਹੈ ਉਹ ਕੀ ਹੋਏਗਾ ਇਹ ਦੱਸੋ ਤੁਸੀਂ ਸਾਡੇ ਪਿਓ ਦਾ ਪਿਓ ਦਾਦਾ ਤੇ ਦਾਦੇ ਦਾ ਪਿਓ ਪੜਦਾਦਾ ਤੇ ਪੜਦਾਦੇ ਦੇ ਪਿਓ ਨੂੰ ਕੀ ਕਹਿੰਦੇ ਕੀ ਕਹਿੰਦੇ ਨੇ ਵੈਸੇ ਕੀ ਕਹਿੰਦੇ ਨੇ ਬਾਅਦ 'ਚ ਦੱਸਾਂਗੇ ਨਾਜ਼ਰੀਨ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ ਆਪਣੇ ਪ੍ਰੋਗਰਾਮ ਦੇ ਐਂਡ 'ਤੇ ਕਿ ਆਪਣੇ ਪਿਓ ਦਾ ਪਿਓ ਤਾਂ ਹੋ ਗਿਆ ਦਾਦਾ ਦਾਦੇ ਦਾ ਪਿਓ ਹੋ ਗਿਆ ਪੜਦਾਦਾ ਅਤੇ ਪੜਦਾਦੇ ਦੇ ਪਿਓ ਨੂੰ ਕੀ ਕਹਿੰਦੇ ਨੇ ਇਹ ਅਸੀਂ ਅੱਜ ਮੁਖਤਲਿਫ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਕ ਹੋਰ ਸ਼ਹਿਰੀ ਮੌਜੂਦ ਨੇ ਜਿਹੜੇ ਇਸ ਪਾਰਕ ਦੇ ਵਿੱਚ ਗਾਲਬਨ ਇੰਜੋਏ ਕਰਨ ਆਏ ਨੇ ਅਤੇ ਉਹਨਾਂ ਦੇ ਨਾਲ 10-12 ਬੱਚੇ ਨੇ ਅਤੇ ਬੱਚੇ ਜਿਹੜੇ ਨੇ ਉਹ ਇੰਜੋਏ ਨਹੀਂ ਕਰਨ ਦਿੰਦੇ ਅਸਲ ਜਿਹੜਾ ਇੰਜੋਏ ਹੁੰਦਾ ਉਹ ਬੇਗਮਾਤ ਦਾ ਔਰ ਬੱਚਿਆਂ ਦਾ ਹੁੰਦਾ ਅਤੇ ਜਿਹੜੇ ਅੱਬੂ ਹੁੰਦੇ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਸ਼ਕਲ ਹੋ ਜਾਂਦੀ ਹੈ ਅਤੇ ਅਸੀਂ ਉਹਨਾਂ ਨਾਲ ਗੁਫ਼ਤਗੂ ਕਰਾਂਗੇ ਅਤੇ ਸਵਾਲ ਪੁੱਛਾਂਗੇ ਉਹਨਾਂ ਕੋਲੋਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਛਾ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਸਾਡਾ ਜਿਹੜਾ ਅੱਬਾ ਹੈ ਉਹਦੇ ਅੱਬੇ ਨੂੰ ਅਸੀਂ ਕਹਿੰਦੇ ਹਾਂ ਦਾਦਾ ਦਾਦੇ ਦੇ ਅੱਬੇ ਨੂੰ ਅਸੀਂ ਕਹਿੰਦੇ ਹਾਂ ਪਰਦਾਦਾ ਅਤੇ ਪਰਦਾਦੇ ਦੇ ਅੱਬੇ ਨੂੰ ਅਸੀਂ ਕੀ ਕਹਿ ਕੇ ਬੁਲਾਵਾਂਗੇ ਯਾਰ ਉਹ ਤਾਂ ਆਸਾਨ ਸਵਾਲ ਹੈ ਠੀਕ ਹੈ ਪੰਜਾਬੀ ਦਾ ਸਵਾਲ ਹੈ ਇਹਦੇ ਤੋਂ ਇਹ ਜ਼ਾਹਿਰ ਹੁੰਦਾ ਕਿ ਅਸੀਂ ਲੋਕ ਆਪਣੇ ਵਾਲਦੈਨ ਦੀ ਤਰਬੀਅਤ ਦੇ ਕਿੰਨੇ ਕੁ ਆਪਣਾ ਨਾਲ ਆ ਆਪਣੀ ਹਿਸਟਰੀ ਕਿੰਨੀ ਕੁ ਜਾਣਦੇ ਹਾਂ ਔਰ ਅਸੀਂ ਆਪਣੀ ਪੰਜਾਬੀ ਬੋਲੀ ਨਾਲ ਔਰ ਪੰਜਾਬੀ ਰਿਸ਼ਤਿਆਂ ਨਾਲ ਕਿੰਨਾ ਕੁ ਜੁੜੇ ਹਾਂ ਇਹ ਇੱਥੋਂ ਸਾਬਿਤ ਹੁੰਦਾ ਨਹੀਂ ਮੇਰੀ ਮੇਰੀ ਨਹੀਂ ਹੈ ਦੱਸ ਦਿਓ ਯਾਰ ਇਹਨਾਂ ਕੋਲ ਪੁੱਛ ਲਓ ਮੈਂ ਤੂੰ ਮੈਨੇ ਦੱਸ ਦੇ ਨਹੀਂ ਨਾਮ ਅੱਧਾ ਅੱਧਾ ਕਰ ਲਾਂਗੇ ਨਾਮ ਅੱਧਾ ਅੱਧਾ ਤੁਹਾਨੂੰ ਹਾਥੀ ਨਹੀਂ ਦੇ ਰਹੇ ਨਹੀਂ ਆ ਰਿਹਾ ਬਾਜੀ ਆ ਜਾਓ ਜ਼ਰਾ ਇੱਕ ਮਿੰਟ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਐ ਤੁਹਾਡੇ ਹਸਬੈਂਡ ਨੇ ਹਾਂਜੀ ਬਾਜੀ ਮੈਂ ਸਵਾਲ ਪੁੱਛਿਆ ਕਿ ਪਰਦਾਦੇ ਦੇ ਪਿਓ ਨੂੰ ਕੀ ਕਹਿ ਕੇ ਬੁਲਾਉਣਾ ਚਾਹੀਦਾ ਉਹਦਾ ਰਿਸ਼ਤਾ ਇੱਕ ਕਿਸ ਰਿਸ਼ਤੇ ਤੋਂ ਅਸੀਂ ਉਹਨੂੰ ਬੁਲਾਉਣਾ ਚਾਹੀਦਾ ਪਰ ਮੈਂ ਹੀ ਆਏਗਾ ਬੋਲਾ ਜਾਏ ਉਹਨਾਂ ਕੋ ਵੀ ਅੱਛਾ ਪੰਜਾਬੀ ਦੇ ਵਿੱਚ ਖਾਮਦ ਨੂੰ ਕੀ ਕਹਿੰਦੇ ਖਸਮ ਕਹਿੰਦੇ ਹੈ ਸ਼ਾਇਦ ਅੱਛਾ ਇਹ ਤੁਹਾਡੇ ਖਸਮ ਨੇ ਹਾਂਜੀ ਅੱਛਾ ਖਸਮ ਦਾ ਮਤਲਬ ਕੀ ਹੁੰਦਾ ਜ਼ਰਾ ਥੋੜ੍ਹਾ ਜਿਹਾ ਦੱਸਣਾ ਖਾ ਕਸਮ ਜੀ ਇਹ ਆਪਣਾ ਰੰਗ ਟੀ ਵੀ ਵੱਲੋਂ ਤੁਹਾਨੂੰ ਇੱਕ ਗਿਫਟ ਦਿੱਤਾ ਜਾ ਰਿਹਾ ਇਹ ਮੇਰੀ ਤੋਂ ਖੁਆਇਸ਼ ਹੈ ਮਾਸ਼ਾਅੱਲਾ ਜਿੰਨੀ ਹੈ ਜਿਸ ਤਰ੍ਹਾਂ ਪੰਜਾਬੀ ਬੋਲ ਰਹੇ ਨੇ ਅਤੇ ਜਿਸ ਤਰ੍ਹਾਂ ਪੰਜਾਬ ਨੂੰ ਉਜਾਗਰ ਕਰ ਰਹੇ ਨੇ ਮੇਰੇ ਹਿਸਾਬ ਨਾਲ ਇਹ ਚੈਨਲ ਜ਼ਰੂਰ ਔਨਲਾਈਨ ਲਾਈਵ ਆਉਣਾ ਚਾਹੀਦਾ ਮਾਸ਼ਾਅੱਲਾ ਇਹਨਾਂ ਦੀ ਐਫਰਟ ਨੂੰ ਕਬੂਲ ਕਰਨਾ ਚਾਹੀਦਾ ਮੇਰੇ ਖਿਆਲ ਇਹ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੇ ਔਰ ਬੈੱਲ ਆਈਕੋਨ ਦਬਾਏ ਜੀ ਅਸੀਂ ਹੁਣ ਇਸੇ ਤਰ੍ਹਾਂ ਦੂਸਰੀਆਂ ਫੈਮਲੀਆਂ ਨਾਲ ਵੀ ਗੱਲਬਾਤ ਕਰਾਂਗੇ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਮਾਸ਼ਾਅੱਲਾ ਜੀ ਇਹ ਵਾਲ ਵੇਖ ਸਕਦੇ ਹੋ ਵਿਗ ਤੇ ਨਹੀਂ ਲਾਈ ਤੁਸੀਂ ਅੱਛਾ ਜੀ ਮੇਰਾ ਹਾਲੇ ਸਿਸਟਰ ਹੋ ਤੁਸੀਂ ਇਹਨਾਂ ਦੀ ਅੱਛਾ ਪੰਜਾਬੀ ਦੇ ਵਿੱਚ ਗੱਲ ਕਰੋ ਤੇ ਮਾਸ਼ਾਅੱਲਾ ਉਹਨਾਂ ਦੀ ਸਿਸਟਰ ਨੇ ਮਜ਼ਾਕ ਦੇ ਤੌਰ ਤੇ ਉਹਨਾਂ ਦੇ ਵਾਲ ਖਿੱਚੇ ਨੇ ਤੇ ਉਹ ਇਹਦਾ ਮਤਲਬ ਕਿ ਸਬੂਤ ਹੋ ਗਿਆ ਕਿ ਵਾਲ ਉਹਨਾਂ ਦੇ ਓਰੀਜਨਲ ਨੇ ਤੇ ਇਹ ਜੀ ਇਹਦਾ ਰਾਜ਼ ਕੀ ਮਾਸ਼ਾਅੱਲਾ ਇੰਨੇ ਲੰਮੇ ਵਾਲ ਇਹਦਾ ਕੀ ਰਾਜ਼ ਕੀ ਇਸਤੇਮਾਲ ਕਰਦੇ ਹੋ ਜਾਂ ਇਹ ਕੁਦਰਤੀ ਹੈ
ਸਾਡੇ ਵਿਰਾਸਤ ਮਤਲਬ ਕਿ ਫੈਮਿਲੀ ਵਿੱਚ ਵੀ ਹੈ ਕਿ ਲੰਬੇ ਹੁੰਦੇ ਨੇ, ਲੇਕਿਨ ਮੈਂ ਪਹਿਲੀ ਲੜਕੀ ਹਾਂ ਜਿਹਦੇ ਬਹੁਤ ਜ਼ਿਆਦਾ ਮਾਸ਼ਾਅੱਲਾ ਹੋ ਗਏ ਨੇ, ਮਤਲਬ ਕਿ ਮੈਂ ਕਿੱਡੇ ਲੰਬੇ ਵਾਲ ਨੇ ਤੁਸੀਂ ਸਬੂਤ ਵੇਖ ਸਕਦੇ ਹੋ ਕਿ ਐਡੇ ਐਡੇ ਲੰਬੇ ਵਾਲ ਨੇ ਅਤੇ ਇਹਨਾਂ ਦੇ ਵੇਟ ਲੰਬੇ ਹੋ ਗਏ। ਅੱਛਾ, ਤੁਸੀਂ ਦੋਵੇਂ ਸਕੀਆਂ ਭੈਣਾਂ ਜੀ? ਸਕੀ ਮੈਨੂੰ ਛੋਟੀ ਹੋਈਆਂ ਬੜੀਆਂ ਮੇਰੇ ਸੇ। ਤਾਂ ਮੈਨੂੰ ਇਹ ਕਿ ਇੰਨਾ ਡਿਫਰੈਂਟ ਤੁਹਾਡੇ ਵਾਲ ਜਿਹੜੇ ਨੇ ਉਹ ਕੰਧਿਆਂ ਤੋਂ ਥੱਲੇ ਨਹੀਂ? ਇਤਨੇ ਇਤਨੇ ਥੇ, ਇਸਨੇ ਅਭੀ ਕਟਵਾ ਦੀ। ਮੇਰੇ ਸ਼ੌਕ ਨਹੀਂ ਬੇਸਿਕਲੀ, ਮੈਨੂੰ ਸ਼ੌਕ ਬਿਲਕੁਲ ਨਹੀਂ ਹੈ, ਮੈਨੂੰ ਇਹੀ ਅੱਛੇ ਲੱਗਦੇ ਇਤਨੇ ਵਾਲ। ਇਹ ਮਤਲਬ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਸੀ ਗੁੱਤ ਪਰਾਂਦਾ, ਕਦੀ ਪਰਾਂਦਾ ਪਾਇਆ ਵਾਲਾ? ਇਹਨਾਂ ਨੇ ਗੁੱਤ ਤੇ ਪਰਾਂਦਾ ਪਾ ਪਾ ਕੇ ਇਹਨੇ ਲੰਬੇ ਵਾਲ ਕੀਤੇ ਨੇ। ਤੇ ਵੀ ਬੋਲਣ ਦਾ ਮੌਕਾ ਦਿਓ ਤੁਸੀਂ। ਨਹੀਂ, ਕਿਹੜਾ ਤੇਲ ਇਸਤੇਮਾਲ ਕਰ ਰਹੇ ਹੋ? ਉਹ ਸਰਸੋਂ ਦਾ ਤੇ, ਉਸਕੇ ਅੰਦਰ ਅਦਰਕ ਲਹਿਸਨ ਔਰ ਪਿਆਜ਼, ਉਸਕੋ ਅਦਰਕ ਲਹਿਸਨ ਪਿਆਜ਼ ਔਰ ਅਦਰਕ ਔਰ ਕੈਸਟਰ ਆਇਲ ਕੋ ਨਾ ਸਰਸੋਂ ਕੇ ਆਇਲ ਮੈਂ ਗ੍ਰੈਂਡ ਕਰਕੇ ਵੋ ਮੈਂ ਲਗਾਤੀ ਰਹੀ ਹੂੰ ਔਰ ਮਤਲਬ ਕਿ ਇਸਕੋ ਚੁਟੀਆਂ ਕਰਕੇ ਦੋ ਤਿੰਨ ਚੁਟੀਆਂ ਕਰਕੇ ਔਰ ਉਸਕੇ ਉੱਪਰ ਮੈਂ ਕਪੜਾ ਬਾਂਧ ਕੇ ਨਾ ਤੋ ਲਪੇਟ ਲੇਤੀ ਹੂੰ ਔਰ ਤਿੰਨ ਚਾਰ ਦਿਨ ਬਾਅਦ ਖੋਲ ਕੇ ਫਿਰ ਧੋਤੀ ਹੂੰ ਤੋ ਇਹ ਬਸ ਮੇਰਾ ਰਾਜ਼ ਹੈ, ਇਹ 5 ਸਾਲ ਮੈਂ ਬੜੇ। ਅੱਛਾ ਜੀ, ਇਹ ਵੇਖ ਲਓ ਤੁਸੀਂ ਇਹ ਚੀਜ਼ਾਂ ਜਿਹੜੀਆਂ ਨਾ ਨੋਟ ਕਰ ਲੈਣਾ। ਮੈਂ ਦਿਲ 'ਚ ਬਿਠਾ ਲਈ। ਅੱਛਾ, ਉਹ ਨਾ ਹੋਵੇ ਕਿ ਅਸੀਂ ਇਹੀ ਆਪਣਾ ਤੁਹਾਡੇ ਵਾਲਾ ਨੁਸਖਾ ਇਸਤੇਮਾਲ ਕਰੀਏ ਤੇ ਅੱਲਾ ਨਾ ਕਰੀਏ ਸਾਡੀ ਹੋਸਟ ਦੀ ਕਿਤੇ ਟਿੰਡ ਨਾ ਹੋ ਜਾਵੇ। ਨਹੀਂ 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 ਨਹੀਂ, ਸਾਨੂੰ ਸਹੀ ਨੁਸਖਾ ਦੱਸਣਾ ਤੁਸੀਂ। ਮੈਂ ਤਾਂ ਇਹੀ ਲਗਾਤੀ ਹੂੰ ਔਰ ਇਹੀ ਲਗਾਤੀ ਰਹੀ ਹੂੰ ਔਰ ਮੇਰੇ ਬੜ ਗਏ। ਤੇ ਅੱਛਾ ਜੀ, ਇੱਕ ਸਾਡਾ ਸਵਾਲ ਹੈ ਕਿ ਪੰਜਾਬੀ ਜਿਹੜੀ ਹੈ, ਪੰਜਾਬੀ ਜ਼ੁਬਾਨ, ਪੰਜਾਬੀ ਬੋਲਣਾ ਸਾਡੀ ਮਾਦਰੀ ਜ਼ੁਬਾਨ ਹੈ, ਇਹਨੂੰ ਪੰਜਾਬੀ ਬੋਲਣਾ ਚਾਹੀਦਾ, ਲੇਕਿਨ ਇਹ ਡਿਪੈਂਡ ਕਰਦਾ ਇਨਸਾਨ ਨੂੰ ਕਿ ਕਿਹੜੇ ਮਾਹੌਲ 'ਚ ਕਿੱਥੇ ਬੋਲਣ ਦੇ। ਅਦਰਵਾਈਜ਼ ਅਸੀਂ ਲਾਈਕ ਅਸੀਂ ਬੈਂਕ 'ਚ ਚਲੇ ਜਾਈਏ ਜਾਂ ਕਿਤੇ ਹੋਰ 'ਤੇ ਚਲੇ ਜਾਈਏ, ਬੋਲੀਏ ਤਾਂ ਸਾਡੀ ਮਜ਼ਾਕ ਹੀ ਹੋਏਗਾ। ਨਹੀਂ, ਮਿਸਾਲ ਹੈ ਕਿ ਬੈਂਕ ਦੇ ਵਿੱਚ ਅਗਰ ਤੁਸੀਂ ਪੰਜਾਬੀ ਬੋਲੋਗੇ ਤਾਂ ਤੁਹਾਡਾ ਚੈੱਕ ਕੈਂਸਲ ਕਰ ਦੇਣਗੇ। ਨਹੀਂ ਨਹੀਂ, ਕੈਂਸਲ ਨਹੀਂ ਕਰਨਗੇ, ਲੇਕਿਨ ਉਹ ਕਹਿੰਦੇ ਮੈਡਮ ਕਿੱਥੋਂ ਉੱਠ ਕੇ ਆ ਗਈ ਹੈ। ਬਸ ਜਿਹੜੀ ਮੈਂ, ਤੁਸੀਂ ਮੈਨੇਜਰ? ਹਾਂਜੀ। ਤੇ ਤੁਸੀਂ ਕਦੀ ਪੰਜਾਬੀ 'ਚ ਗੱਲ ਕੀਤੀ ਆਪਣੇ ਕਸਟਮਰ ਨਾਲ? ਨਹੀਂ, ਕਦੇ ਨਹੀਂ ਕੀਤੀ, ਕਿਉਂਕਿ ਸਾਨੂੰ ਬਹੁਤ ਅਲਾਊਡ ਹੀ ਨਹੀਂ ਹੈ। ਯਾਨੀ ਕਿ ਤੁਹਾਨੂੰ ਜੁਰਮਾਨਾ ਹੋਣਾ ਚਾਹੀਦਾ ਕਿ ਤੁਸੀਂ ਜਿਹੜੇ ਇਦਾਰਿਆਂ ਵਾਲੇ ਹੋ ਉਹ ਲੋਕਾਂ ਨੂੰ ਜਿਹੜਾ ਨਾ ਪੰਜਾਬੀ ਉਰਦੂ ਬੋਲਣ 'ਤੇ ਜਾਂ ਦੂਸਰੀਆਂ ਲੈਂਗੁਏਜ ਬੋਲਣ 'ਤੇ ਮਜਬੂਰ ਕਰਦੇ। ਲੇਕਿਨ ਪੰਜਾਬੀ ਜ਼ੁਬਾਨ ਬੜੀ ਮਿੱਠੀ ਹੈ, ਇਹਦੇ ਵਿੱਚ ਤੁਸੀਂ ਤੂੰ ਤੂੰ ਕਰਕੇ ਬੋਲਦੇ ਹੋ, ਠੀਕ ਹੈ, ਲੇਕਿਨ ਵੱਡੇ ਆਉਂਦੇ ਨੇ ਉਹਨਾਂ ਨੂੰ ਅਸੀਂ ਤੂੰ ਕਰਕੇ ਨਹੀਂ ਬੋਲ ਸਕਦੇ ਹਾਂ। ਇਸ ਵਾਸਤੇ ਮਤਲਬ ਪੰਜਾਬੀ ਬਹੁਤ ਜ਼ਿਆਦਾ ਹੋਈ। ਅਗਰ ਵੇਖਿਆ ਜੇ, ਅਗਰ ਤੁਸੀਂ ਪੰਜਾਬੀ ਦੀ ਕੋਈ ਕਿਤਾਬ ਪੜ੍ਹੋ, ਵੇਖਿਆ ਜੇ ਤਾਂ ਪੰਜਾਬੀ ਦੇ ਵਿੱਚ ਜਿੰਨਾ ਅਦਬ ਹੈ ਉਨਾ ਕਿਸੇ ਵੀ ਜ਼ੁਬਾਨ ਦੇ ਵਿੱਚ ਅਦਬ ਨਹੀਂ। ਤੁਹਾਡਾ ਕੀ ਖਿਆਲ ਹੈ? ਮੈਂ ਬੇਸਿਕਲੀ ਘਰ ਵਿੱਚ ਬਹੁਤ ਪੰਜਾਬੀ ਬੋਲਦੀ ਹਾਂ, ਲੇਕਿਨ ਇਹ ਮੈਨੂੰ ਕਦੇ ਕਦੇ ਮਨਾ ਕਰਦੀਆਂ ਨੇ ਕਿ ਤੁਸੀਂ ਉਰਦੂ ਬੋਲੋ, ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਸਾਡਾ ਮਾਹੌਲ ਬਣ ਗਿਆ ਹੈ ਨਾ ਕਿ ਹਰ ਕੋਈ ਉਰਦੂ ਬੋਲ ਰਿਹਾ ਹੁੰਦਾ, ਅਗਰ ਇੱਕਦਮ ਸੇ ਵਿੱਚ ਅਸੀਂ ਪੰਜਾਬੀ ਬੋਲਣ ਲੱਗ ਪਈਏ ਤਾਂ ਫਿਰ ਅਜੀਬ ਜਿਹਾ ਲੱਗਦਾ ਹੈ। ਲੇਕਿਨ ਇਹ ਹੈ ਕਿ ਅਸੀਂ ਪੰਜਾਬੀ ਵੀ ਬੋਲਦੇ ਹਾਂ ਕਿੱਥੇ ਬੋਲਣਾ ਪਵੇ, ਉਰਦੂ ਵੀ ਬੋਲਦੇ ਹਾਂ ਕਿੱਥੇ ਬੋਲਣਾ ਪਵੇ, ਔਰ ਬੜੇ ਅੱਛੇ ਤਰੀਕੇ ਨਾਲ ਮਿੱਠੀ ਜ਼ਬਾਨ ਕਿਹੜੀ ਹੈ ਉਹ ਪੰਜਾਬੀ ਹੈ। ਆਪਣਾ ਰੰਗ ਟੀਵੀ ਹੈ, ਇਹਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਕਰੋ ਅਤੇ ਅੱਛੇ ਅੱਛੇ ਕਮੈਂਟ ਵੀ ਕਰੋ। ਹਾਂ ਸਹੀ, 6 ਮਹੀਨਿਆਂ ਦੇ ਨਾਂ ਦੱਸਣੇ ਜਾਂ 6 ਖੇਡਾਂ ਦੇ? 6 ਮਹੀਨਿਆਂ ਦੇ ਨਾਂ ਕਿਹੜੇ? ਪੰਜਾਬੀ 'ਚ ਦੱਸਣੇ ਨੇ। ਗਰਮੀਆਂ ਦੇ ਦੱਸ ਦਿਓ, ਸਰਦੀਆਂ ਦੇ ਦੱਸ ਦਿਓ। ਅੱਸੂ, ਕੱਤੇ, ਪੋਹ, ਮਾਂਗ, ਜੇਠ, ਹਾੜ ਹੋ ਗਿਆ 6। ਅੱਛਾ ਜੀ, ਅੱਸੂ, ਕੱਤੇ, ਪੋ, ਮਾਘ, ਜੇਠ, ਹਾੜ, ਇਹ ਤਾਂ ਤੁਸੀਂ ਲੋਕਾਂ ਨੂੰ ਕਰ ਦਿੱਤਾ ਸ਼ਰਦ ਗਰਮ, ਠੀਕ ਹੈ, ਅਤੇ ਇਹ ਦੱਸੋ ਕਿ ਇਹਨਾਂ ਦੇ ਵਿੱਚੋਂ ਗਰਮੀਆਂ ਦੇ ਕਿਹੜੇ ਮਹੀਨੇ ਨੇ ਅਤੇ ਸਰਦੀਆਂ ਦੇ ਕਿਹੜੇ ਮਹੀਨੇ? ਹਾੜ, ਜੇਠ ਗਰਮੀਆਂ, ਪੋ, ਮਾਘ ਸਰਦੀਆਂ। ਵੈਰੀ ਗੁੱਡ। ਘੋੜੀ, ਫੜਨ ਫੜਾਈ, ਲੁਕਣ ਮਿੱਟੀ, ਗੁੱਲੀ ਡੰਡਾ, 4 ਛੁਪਨ ਛੁਪਾਈ, 5 ਯੱਸੂ ਪੰਜੂ, ਠੀਕ ਹੈ ਜੀ, ਵੈਰੀ ਗੁੱਡ ਜੀ। ਆਪਣਾ ਰੰਗ ਟੀਵੀ ਦੀ ਤਰਫੋਂ ਤੁਹਾਨੂੰ ਗਿਫਟ ਦਿੱਤਾ ਜਾ ਰਿਹਾ, ਛੱਡ ਦਿਓ, ਲੈ ਕੇ ਜਾਣਾ ਜੇ ਵਾਪਸ। ਆਪਣਾ ਰੰਗ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਅਸਲਾਮ ਅਲੈਕੁਮ। ਵੈਲਕਮ ਸਾਹਿਬ, ਕੀ ਹਾਲ ਹੈ ਤੁਹਾਡਾ? ਹਾਂਜੀ, ਸ਼ੁਕਰ ਅੱਲਾ। ਪੰਜਾਬੀ ਆਉਂਦੀ? ਹਾਂਜੀ ਆਉਂਦੀ ਹੈ ਥੋੜ੍ਹੀ ਥੋੜ੍ਹੀ। ਕਿੰਨੀ ਕੁ? 6 ਖੇਡਾਂ ਦੇ ਨਾਂ ਦੱਸੋ ਪੰਜਾਬੀ। ਕਬੱਡੀ, ਗੁੱਲੀ ਡੰਡਾ, ਕੈਂਚੇ, ਯੱਸੂ ਪੰਜੂ, ਹਾਲ ਕਬੂਤਰ, ਡੋਲੀ, 15 ਕਿਲਾ, ਸਹੀ ਨਹੀਂ ਦੱਸਿਆ, ਦੁਬਾਰਾ ਤੋਂ ਦੱਸੋ। ਗੁੱਲੀ ਡੰਡਾ, ਕਬੱਡੀ, ਉਹ ਬਾਜੀ ਹੋ ਤੁਸੀਂ ਨਾ ਚੁੱਪ ਕਰ ਦਿਓ, ਮੈਨੂੰ ਮਾਫੀ ਦੇ ਦਿਓ। ਹਾਂਜੀ ਜੀ, ਸਹੀ ਜਵਾਬ ਨੇ। ਅੱਬੇ ਦਾ ਪਿਓ ਗਿਆ ਦਾਦਾ, ਦਾਦੇ ਦਾ ਪਿਓ ਗਿਆ ਪਰਦਾਦਾ, ਤੇ ਪਰਦਾਦੇ ਦੇ ਪਿਓ ਨੂੰ ਅਸੀਂ ਕਿਵੇਂ ਬੁਲਾਵਾਂਗੇ, ਕਿਸ ਰਿਸ਼ਤੇ ਤੋਂ ਬੁਲਾਵਾਂਗੇ? ਪਰਦਾਦੇ ਦੇ ਪਿਓ ਨੂੰ ਬੁਲਾਵਾਂਗੇ ਪਰਦਾਦੇ ਦਾ ਪਿਓ। ਨਹੀਂ, ਇੰਜ ਤੇ ਪਰਦਾਦਾ, ਪਰਦਾਦਾ ਹੋ ਗਿਆ, ਦਾਦੇ ਦਾ ਪਿਓ ਉੱਪਰ ਵੀ ਹੈ। ਅੱਛਾ, ਪਰਦਾਦੇ ਸੇ ਉੱਪਰ ਜਿਸ ਕੀ ਪੋਸਟ ਹੋਤੀ ਹੈ ਨਾ, ਉਹਨੂੰ ਉੱਪਰ ਪਰਦਾਦਾ ਹੋ ਗਿਆ।
ਉਹ ਪਰ ਦਾਦਾ ਹੋ ਗਿਆ। ਇਹਦਾ ਮਤਲਬ ਕੀ ਹੈ? ਦਾਦੇ ਦਾ ਵੀ ਦਾਦਾ ਨਹੀਂ, ਇਹਦਾ ਸਹੀ ਜਵਾਬ ਦਿਓ। ਪਰਦਾਦੇ ਦਾ ਪਿਓ ਕੌਣ ਹੈ ਜੀ? ਪਰਦਾਦਾ ਦਾ ਪਿਓ ਨਗਰ ਦਾਦਾ। ਹਾਂਜੀ, ਨਗਰ ਦਾਦਾ। ਵੈਰੀ ਗੁੱਡ ਜੀ, ਵੈਰੀ ਗੁੱਡ। ਅੱਛਾ ਜੀ, ਤੁਸੀਂ ਸਾਡੇ ਸਵਾਲ ਦਾ ਜਵਾਬ ਦਿੱਤਾ। ਨਾਜ਼ਰੀਨ, ਸਾਡਾ ਮਤਲਬ ਇਹ ਨਹੀਂ ਕਿ ਪੜ੍ਹਾਈ ਬਿਲਕੁਲ ਹੀ ਨਾ ਕਰੋ, ਬਲਕਿ ਪੜ੍ਹਾਈ ਕਰਨੀ ਚਾਹੀਦੀ ਹੈ। ਪੜ੍ਹਾਈ ਤੋਂ ਬਗੈਰ ਬੰਦਾ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਕੋਰਾ ਕਾਗਜ਼ ਹੈ। ਲੇਕਿਨ ਪੜ੍ਹਾਈ ਦੇ ਨਾਲ ਨਾਲ ਅਦਬ ਸਿੱਖਣਾ ਔਰ ਅਦਬ ਦੇ ਨਾਲ ਪੇਸ਼ ਆਉਣਾ, ਅਦਬ ਅਦਾਬ ਜਿਹੜੇ ਨੇ, ਇਹ ਵੀ ਜ਼ਰੂਰੀ ਹੈ। ਰੰਗ ਟੀਵੀ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਹਾਂਜੀ, ਰੰਗ ਟੀਵੀ ਕੋ ਸਬਸਕ੍ਰਾਈਬ ਕਰੇ, ਸ਼ੇਅਰ ਕਰੇ ਔਰ ਕਮੈਂਟ ਕਰੇ। ਪਲ ਠਹਿਰ ਜਾਉ, ਦਿਲ ਦਿਲ ਸੰਭਲ ਜਾਏ, ਕੈਸੇ ਤੁਮੇ ਰੋਕਾ ਕਰੂੰ, ਮੇਰੀ ਤਰਫ ਆਤਾ ਹਰ ਗਮ ਫਿਸਲ ਜਾਏ, ਆਖੋਂ ਮੈਂ ਤੁਮ ਕੋ ਭਰੂੰ, ਅਗਰ ਤੁਮ ਸਾਥ ਹੋ। ਅੱਬੇ ਦੇ ਵਾਲਦ ਨੂੰ ਕੀ ਕਹਿੰਦੇ ਨੇ? ਦਾਦਾ। ਤੇ ਦਾਦੇ ਦੇ ਵਾਲਦ ਨੂੰ? ਪਰਦਾਦਾ। ਪਰਦਾਦੇ ਦੇ ਵਾਲਦ ਨੂੰ ਕੀ ਕਹਿੰਦੇ ਨੇ? ਪਰਦਾਦੇ ਦੇ ਵਾਲਦ ਨੂੰ ਨਗਰ ਦਾਦਾ ਕਹਿੰਦੇ ਨੇ ਜੀ, ਪੰਜਾਬੀ ਦੇ ਵਿੱਚ। ਅੱਛਾ ਜੀ, ਜ਼ਬਰਦਸਤ। ਵੈਸੇ ਇਸ ਚੀਜ਼ ਦਾ ਤੁਹਾਨੂੰ ਕਿੰਨੇ ਦੱਸਿਆ ਇਹ ਸਵਾਲ ਦਾ ਜਵਾਬ, ਜਾਂ ਇਸ ਚੀਜ਼ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਹੈਗਾ ਕਿ ਮਾਂ ਪਿਓ ਦੀ ਤਰਬੀਅਤ ਜਾਂ ਇਹ ਆਪਣਾ ਤੁਹਾਡੀ ਪੜ੍ਹਾਈ ਲਿਖਾਈ ਦਾ ਨਤੀਜਾ ਹੈਗਾ? ਇਹਦੇ ਵਿੱਚ ਪੜ੍ਹਾਈ ਲਿਖਾਈ ਦਾ ਨਤੀਜਾ ਜੋ ਹੈ ਉਹ ਤੁਹਾਨੂੰ ਪਤਾ, ਜ਼ਿਆਦਾ ਕੱਲ੍ਹ ਉਰਦੂ ਦੇ ਨਾਲ ਹੁੰਦਾ ਵੇ। ਲੇਕਿਨ ਇਹ ਜਿਹੜੇ ਸਵਾਲ ਦਾ ਜਵਾਬ, ਇਹ ਸਾਡੇ ਦਾਦਾ ਅੱਬੂ ਅੱਲਾ ਜਨਮ ਸੀ ਕਰੇ ਉਹ ਫੋਤ ਹੋ ਗਏ ਨੇ, ਅਤੇ ਉਹਨਾਂ ਦੇ ਨਾਲ ਗੱਪਸ਼ਪ ਦੇ ਨਾਲ ਔਰ ਸਾਡੇ ਵਾਲਦ ਸਾਹਿਬ ਦੀ ਗੱਪਸ਼ਪ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਚੱਲਦਾ ਜੀ। ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਦਾ ਮਤਲਬ ਇਹ ਵੇ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ, ਲਾਜ਼ਮੀ ਪੜ੍ਹਾਓ, ਸਕੂਲੀ ਤਲੀਮ ਦੇ ਨਾਲ ਨਾਲ ਦੀਨੀ ਤਲੀਮ, ਔਰ ਆਪਣੇ ਜਿਹੜੇ ਸਾਡੀ ਬਜ਼ੁਰਗਾਨੇ ਦੀਨ ਔਰ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਵਾਲਦੈਨ ਨੇ, ਉਹਨਾਂ ਦੇ ਕੋਲ ਵੀ ਸਾਨੂੰ ਬੈਠਣਾ ਚਾਹੀਦਾ। ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਬਸਰ ਕੀਤੀ ਔਰ ਉਹਨਾਂ ਦਾ ਅਖਲਾਕ ਕੈਸਾ ਰਿਹਾ, ਔਰ ਸਾਡੇ ਬਜ਼ੁਰਗਾਂ ਦਾ ਆਪਣੇ ਦੌਰ ਦੇ ਵਿੱਚ ਲੋਕਾਂ ਨਾਲ ਅਖਲਾਕ ਔਰ ਬੋਲਣ ਦਾ ਤਰੀਕਾ, ਔਰ ਉਹਨਾਂ ਦਾ ਆਪਣੇ ਦੌਰ ਦੇ ਵਿੱਚ ਦੂਸਰੇ ਲੋਕਾਂ ਨਾਲ ਪੇਸ਼ ਆਉਣ ਦਾ ਤਰੀਕਾ, ਇਹ ਸਾਰੀਆਂ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ। ਪੜ੍ਹਾਈ ਦੇ ਨਾਲ ਨਾਲ ਅਦਬ ਸਿੱਖਣਾ ਵੀ ਜ਼ਰੂਰੀ ਹੈ। ਔਰ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਨਾਜ਼ਰੀਨ, ਤੁਸੀਂ ਵੇਖਿਆ ਕਿ ਪੰਜਾਬੀ ਦੇ ਹਵਾਲੇ ਨਾਲ ਅਸੀਂ ਲੋਕਾਂ ਨਾਲ ਖੱਟੀਆਂ ਮਿੱਠੀਆਂ ਗੱਲਾਂ ਕੀਤੀਆਂ ਔਰ ਬਹੁਤ ਪਿਆਰੀ ਹੱਸੀ ਮਜ਼ਾਕ ਵਾਲੀ ਗੁਫ਼ਤਗੂ ਕੀਤੀ ਹੈ। ਅਤੇ ਨਾਜ਼ਰੀਨ, ਸਕਰੀਨ 'ਤੇ ਸਾਡਾ ਨੰਬਰ ਵੀ ਚੱਲ ਰਿਹਾ, ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ 'ਤੇ ਕੋਈ ਵੀ ਯੂਨੀਕ ਮੁਨਫਰਿਦ ਕੋ ਕਹਾਣੀ, ਕੋਈ ਸਟੋਰੀ ਹੈ, ਸਾਨੂੰ ਇਸ ਨੰਬਰ ਦੇ ਉੱਤੇ ਸਾਨੂੰ ਸੈਂਡ ਕਰੋ। ਅਸੀਂ ਇਨਸ਼ਾਅੱਲਾ ਆਪਣਾ ਰੰਗ ਟੀਵੀ ਦੀ ਟੀਮ ਤੁਹਾਡੇ ਕੋਲ ਹਾਜ਼ਰ ਹੋਵੇਗੀ ਔਰ ਤੁਹਾਡੀ ਟੈਲੈਂਟ ਔਰ ਜਿਹੜੀ ਵੀ ਮੁਨਫਰਿਦ ਸਟੋਰੀ ਹੈ ਉਹ ਆਪਣਾ ਰੰਗ ਟੀਵੀ ਦੇ ਪਲੇਟਫਾਰਮ 'ਤੇ ਇਨਸ਼ਾਅੱਲਾ ਅਸੀਂ ਤੁਹਾਨੂੰ ਲਾਜ਼ਮੀ ਸ਼ਾਇਆ ਕਰਾਂਗੇ। ਅਤੇ ਨਾਜ਼ਰੀਨ, ਬਰਾਏ ਮਿਹਰਬਾਨੀ ਸਾਡਾ ਚੈਨਲ ਆਪਣਾ ਰੰਗ ਟੀਵੀ, ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਵੀ ਕਰੋ, ਕਮੈਂਟ ਕਰੋ ਤੇ ਸ਼ੇਅਰ ਕਰੋ ਜਿੰਨਾ ਹੋ ਸਕਦਾ, ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੰਜਦਾ ਲੱਗਾ। ਕਿੰਜਦਾ ਲੱਗਿਆ? ਠੀਕ ਹੈ, ਸਾਨੂੰ ਦਿਓ ਇਜਾਜ਼ਤ, ਹੁਣ ਅਸੀਂ ਚੱਲੇ ਆਪਣੇ ਘਰਾਂ ਨੂੰ, ਤੇ ਅੱਲਾ ਨਿਗਹਿਬਾਨ, ਪਾਕਿਸਤਾਨ ਜਿੰਦਾਬਾਦ।